ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਜਿਵੇਂ ਮੌਸਮ ਬਰਸਾਤ ਦਾ ਆ ਰਿਹਾ, ਇੱਕ ਬਿਮਾਰੀ ਬੜੀ ਹੀ ਜ਼ਿਆਦਾ ਕੋਮਨ ਦੇਖਣ ਨੂੰ ਮਿਲਣ ਵਾਲੀ ਹੈ, ਉਹ ਹੈ ਸਰ੍ਹਾ। ਸਰ੍ਹਾ ਟ੍ਰਿਪਸੋਮਨੀਆਸਿਸ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਫਿਰ ਇਹਨੂੰ ਸਲੀਪਿੰਗ ਡਿਜ਼ੀਜ਼ ਵੀ ਕਹਿੰਦੇ ਨੇ। ਸਰ੍ਹਾ ਜਿਹੜੀ ਹੈਗੀ ਹੈ, ਬਹੁਤੇ ਕਿਸਾਨ ਵੀਰਾਂ ਨੂੰ ਇਹਦਾ ਇਲਾਜ ਨਹੀਂ ਪਤਾ, ਬਹੁਤੇ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਹਦੇ ਲੱਛਣ ਕੀ ਹੁੰਦੇ ਨੇ, ਅਸੀਂ ਪਸ਼ੂ ਨੂੰ ਦੇਖ ਕੇ ਕਿਵੇਂ ਪਹਿਚਾਣ ਸਕਦੇ ਹਾਂ ਕਿ ਇਹਨੂੰ ਸਰ੍ਹਾ ਦੀ ਬਿਮਾਰੀ ਤਾਂ ਹੈਗੀ ਹੈ ਕਿ ਨਹੀਂ ਹੈਗੀ। ਅੱਜ ਦੀ ਡਿਟੇਲ ਤੁਹਾਨੂੰ ਪੂਰੀ ਇਸ ਵੀਡੀਓ ਦੇ ਵਿੱਚ ਮਿਲੇਗੀ। ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣ ਲਿਓ, ਤਾਂ ਕਰਕੇ ਅੱਜ ਮੈਂ ਤੁਹਾਨੂੰ ਲਿਖ ਕੇ ਪਾਇਆ ਕਿ ਤੁਸੀਂ ਵੀ ਇਹਨੂੰ ਲਿਖ ਕੇ ਕਿਤੇ ਰੱਖ ਸਕੋ, ਪਰਮਾਤਮਾ ਨਾ ਕਰੇ ਤੁਹਾਨੂੰ ਕਿਤੇ ਲੋੜ ਪਾ ਜਾਵੇ, ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਜਾਂ ਫਿਰ ਹੋਰ ਕਿਸੇ ਡੇਅਰੀ ਫਾਰਮਰ ਦੇ ਨਾਲ ਤੁਸੀਂ ਇਹਨੂੰ ਸਾਂਝਾ ਕਰ ਸਕਦੇ ਹੋ। ਅੱਜ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਸ ਬਿਮਾਰੀ ਬਾਰੇ ਦੱਸਾਂਗੀ। ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਨੋਟ ਕਰਨੀ ਹੈ ਉਹ ਹੈਗੀ ਹੈ ਕਿ ਮੈਂ ਇਸ ਦਵਾਈ ਦੇ ਲਿੰਕ ਥੱਲੇ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੀ। ਜੇ ਤੁਹਾਨੂੰ ਕਮੈਂਟ ਦੇ ਵਿੱਚ ਕੋਈ ਲਿੰਕ ਮਿਲ ਜਾਏਗਾ, ਉੱਤੇ ਇੱਕ ਵਾਰੀ ਕਲਿੱਕ ਕਰਕੇ ਜ਼ਰੂਰ ਦੇਖ ਲਿਓ, ਤਾਂ ਕਿ ਤੁਹਾਨੂੰ ਦਵਾਈ ਦਾ ਪਤਾ, ਬ੍ਰਾਂਡ ਨੇਮ ਦਾ ਪਤਾ ਲੱਗ ਸਕੇ। ਸਾਲਟ ਮੈਂ ਤੁਹਾਨੂੰ ਦੱਸ ਦਿੰਦੇ ਹਾਂ, ਤੁਸੀਂ ਬ੍ਰਾਂਡ ਉੱਥੋਂ ਦੇ ਜਾ ਕੇ ਦੇਖ ਸਕਦੇ ਹੋ। ਇੱਕ ਚੀਜ਼ ਤੁਸੀਂ ਹੋਰ ਨੋਟ ਕਰ ਲੈਣੀ ਹੈ ਕਿ ਤੁਸੀਂ ਜਦੋਂ ਗਾਂ ਤੁਹਾਡੀ ਐਨੀਮਿਕ ਹੋ ਰਹੀ ਹੈ, ਉਹਦੇ ਵਿੱਚ ਖੂਨ ਦੀ ਕਮੀ ਹੋ ਰਹੀ ਹੈ, ਉਹ ਖਾਣਾ ਪੀਣਾ ਛੱਡ ਰਹੀ ਹੈ, ਦੁੱਧ ਵਿੱਚ ਕਮੀ ਆ ਰਹੀ ਹੈ, ਅਤੇ ਉਹਦਾ ਵੇਟ ਲੋਸ ਹੁੰਦਾ ਪਿਆ, ਤੁਸੀਂ ਤਿੰਨ ਬਿਮਾਰੀਆਂ ਜ਼ਰੂਰ ਚੈੱਕ ਕਰਾ ਲੈਣੀਆਂ, ਐਨਾਪਲਾਜ਼ਮਾ, ਥਲੇਰੀਆ ਅਤੇ ਬਬੇਸ਼ੀਆ। ਇਹਨਾਂ ਤਿੰਨਾਂ ਕਰਕੇ ਮੇਨਲੀ ਐਨੀਮੀਆ ਜ਼ਿਆਦਾ ਹੁੰਦਾ। ਫਿਰ ਜੇ ਇਹ ਤਿੰਨੇ ਨਹੀਂ ਨਿਕਲਦੇ ਆ, ਤਾਂ ਜਿਹੜੀ ਚੌਥੀ ਬਿਮਾਰੀ ਸਰ੍ਹਾ ਰਹਿ ਜਾਂਦੀ ਹੈ, ਉਹਦੇ ਕਰਕੇ ਤੁਹਾਡੇ ਜਾਨਵਰ ਦੇ ਵਿੱਚ ਇਹ ਚੀਜ਼ਾਂ ਆ ਸਕਦੀਆਂ ਨੇ। ਸਭ ਤੋਂ ਪਹਿਲਾਂ ਜਿਹੜਾ ਸਿਮਟਮਸ ਦੇਖਣ ਨੂੰ ਮਿਲੇਗਾ ਕਿ ਗਾਂ ਮੱਝ ਜਿਹੜੀ ਹੈਗੀ ਉਹ ਬਹੁਤ ਹੀ ਤੇਜ਼ੀ ਦੇ ਨਾਲ ਦੁੱਧ ਜਿਹੜਾ ਹੈਗਾ ਉਹ ਥੱਲੇ ਨੂੰ ਉਹਦਾ ਜਾਂਦਾ ਹੈ। ਬੁਖਾਰ ਕਦੀ ਬਹੁਤ ਤੇਜ਼ ਹੋ ਜਾਂਦਾ, ਕਦੀ ਸਹੀ ਹੁੰਦਾ, ਕਦੀ ਤੇਜ਼ ਕਦੀ ਸਹੀ, ਮਤਲਬ ਬੁਖਾਰ ਉਹਦਾ ਆਉਂਦਾ ਜਾਂਦਾ ਰਹਿੰਦਾ। ਐਨੀਮਿਕ ਖੂਨ ਦੀ ਕਮੀ ਹੋ ਜਾਏਗੀ, ਉਹਦਾ ਵਜ਼ਨ ਦਿਨ ਬ ਦਿਨ ਘੱਟਦਾ ਜਾਵੇਗਾ, ਅੱਖਾਂ ਦੇ ਵਿੱਚੋਂ ਪਾਣੀ, ਮੂੰਹ ਦੇ ਵਿੱਚੋਂ ਲਾਰਾ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਉਹਦੀਆਂ ਜਿਹੜੀਆਂ ਲਿੰਫ ਨੋਡ ਆ ਉਹ ਫੁੱਲ ਸਕਦੀਆਂ ਨੇ, ਜਿਵੇਂ ਥਲੇਰੀਆ ਦੇ ਵਿੱਚ ਫੁੱਲ ਜਾਂਦੀਆਂ ਨੇ, ਉਵੇਂ ਤੁਹਾਨੂੰ ਲਿੰਫ ਨੋਡ ਸੁੱਜੀਆਂ ਹੋਈਆਂ ਮਿਲ ਸਕਦੀਆਂ ਨੇ। ਅਬੋਰਸ਼ਨ ਹੋ ਸਕਦੇ ਨੇ, ਜਿਹੜੀਆਂ ਗਾਵਾਂ ਤੁਹਾਡੀਆਂ ਅਜੇ ਤੱਕ ਨਹੀਂ ਬਣੀਆਂ, ਉਹ ਉਹਨਾਂ ਦੀ ਫਰਟੀਲਿਟੀ ਪਾਵਰ ਬਣਨ ਦੀ ਸ਼ਮਤਾ ਵੀ ਥੱਲੇ ਜਾ ਸਕਦੀ ਹੈ, ਖਾਣਾ ਪੀਣਾ ਘੱਟ ਕਰ ਦਿੰਦੀਆਂ ਨੇ। ਇੱਕ ਚੀਜ਼ ਜਿਹੜੀ ਮੇਨ ਨੋਟ ਕਰਨ ਵਾਲੀ ਹੈ ਕਿ ਜਿਹੜੇ ਸਰ੍ਹਾ ਵਾਲੀਆਂ ਪਸ਼ੂ ਹੁੰਦੇ ਨੇ, ਜਿਹਨਾਂ ਨੂੰ ਇਹ ਵਾਲੀ ਇਨਫੈਕਸ਼ਨ ਹੁੰਦੀ ਹੈ, ਉਹ ਕਦੀ ਕਦੀ ਜੁਗਾਲੀ ਕਰਦੀਆਂ ਨੇ। ਆਮ ਤੌਰ 'ਤੇ ਜਦੋਂ ਗਾਂ ਜਾਂ ਮੱਝ ਨੂੰ ਬੁਖਾਰ ਹੁੰਦਾ ਉਹ ਜੁਗਾਲੀ ਨਹੀਂ ਕਰਦੀਆਂ, ਪਰ ਸਰ੍ਹਾ ਵਾਲੀ ਪਸ਼ੂ ਨੂੰ ਜੁਗਾਲੀ ਕਰਦਿਆਂ ਦੇਖਿਆ ਜਾ ਸਕਦਾ ਹੈ। ਉਸ ਤੋਂ ਬਾਅਦ ਭੁੱਖ ਘਾਟ ਲੱਗ ਜੀ ਹੈ, ਗਾਂ ਜਿਹੜੀ ਹੈਗੀ ਹੈ ਉਹ ਚੱਕਰ ਹੀ ਲਗਾਈ ਜਾਂਦੀ ਹੈ, ਕਈ ਵਾਰੀ ਉਹਦੇ ਦਿਮਾਗੀ ਲੱਛਣ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਬ੍ਰੇਨ ਦੇ ਸਿਮਟਮਸ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ। ਉਹ ਬਾਰ ਬਾਰ ਚੱਕਰ ਲਗਾਈ ਜਾਏਗੀ, ਜਾਂ ਫਿਰ ਕਿਸੇ ਚੀਜ਼ ਕੰਧ ਦੇ ਨਾਲ ਸਿਰ ਮਾਰੀ ਜਾ ਸਕਦੀ ਹੈ, ਜਾਂ ਆਪਣਾ ਰੱਸਾ ਖਿੱਚੀ ਜਾ ਸਕਦੀ ਹੈ, ਮਤਲਬ ਜੋ ਵੀ ਦਿਮਾਗੀ ਤੌਰ 'ਤੇ ਬਿਮਾਰੀਆਂ ਹੁੰਦੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਉਹ ਅੱਖਾਂ ਤੋਂ ਅੰਨੀ ਵੀ ਹੋ ਸਕਦੀ ਹੈ, ਇਹ ਵੀ ਤੁਹਾਨੂੰ ਇੱਥੋਂ ਤੱਕ ਵੀ ਦੇਖਣ ਨੂੰ ਮਿਲ ਸਕਦਾ। ਇੱਕ ਉਹਦੀ ਲੱਤਾਂ ਦੇ ਵਿੱਚ ਜਿਹੜੀ ਬ੍ਰਿਸਕਿਟ ਹੁੰਦੀ ਹੈ, ਜਗ੍ਹਾ ਹੁੰਦੀ ਹੈ ਛਾਤੀ ਉਹਦੀ, ਉੱਥੇ ਤੁਹਾਨੂੰ ਸੋਜ ਦੇਖਣ ਨੂੰ ਮਿਲ ਸਕਦੀ ਹੈ, ਉਹਦੇ ਪੇਟ ਦੇ ਥੱਲੇ ਤੁਹਾਨੂੰ ਸੋਜ ਦੇਖਣ ਨੂੰ ਮਿਲ ਸਕਦੀ ਹੈ, ਉਹਦੀ ਲੱਤਾਂ ਦੇ ਵਿੱਚ ਵੀ ਤੁਹਾਨੂੰ ਸੋਜ ਦੇਖਣ ਨੂੰ ਮਿਲ ਸਕਦੀ ਨੇ। ਅਤੇ ਇਹ ਸਾਰੇ ਮੇਨ ਸਿਮਟਮਸ ਹੁੰਦੇ ਨੇ ਸਰ੍ਹਾ ਦੇ, ਤੁਸੀਂ ਇਹਨਾਂ ਨੂੰ ਦੇਖ ਕੇ ਤੁਸੀਂ ਇੱਕ ਪਸ਼ੂ ਨੂੰ ਉਹਦੇ ਸਿਮਟਮਸ ਨੂੰ ਦੇਖ ਸਕਦੇ ਹੋ ਕਿ ਉਹਦੇ ਵਿੱਚ ਕੋਈ ਬਿਮਾਰੀ ਹੈਗੀ ਹੈ ਇਹੋ ਜਿਹੀ ਕਿ ਨਹੀਂ ਹੈਗੀ। ਡਰੱਗਸ ਦੇ ਨੇਮ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਜਿਹੜੇ ਤਿੰਨ ਸਾਲਟ ਇਹਦੇ ਵਿੱਚ ਇਸਤੇਮਾਲ ਹੁੰਦੇ ਨੇ ਉਹ ਹੁੰਦੀ ਹੈ ਡਾਇਮਾਜ਼ੀਨ, ਐਸੀਟੂਰੇਟ, ਹੋਮੀਡੀਅਮ ਕਲੋਰਾਈਡ ਅਤੇ ਹੋਮੀਡੀਅਮ ਬ੍ਰੋਮਾਈਡ। ਇਹੀ ਤਿੰਨੇ ਸਾਲਟ ਜਿਹੜੇ ਮੇਨ ਹੁੰਦੇ ਨੇ ਉਹ ਸਰ੍ਹਾ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ। ਤੁਸੀਂ ਇਹਨਾਂ ਦੇ ਕਿਸੇ ਵੀ ਬ੍ਰਾਂਡ ਨੇਮ ਦਾ ਸਾਲਟ ਜਿਹੜਾ ਹੈਗਾ ਤੁਸੀਂ ਲੈ ਸਕਦੇ ਹੋ।
ਇੱਕ ਜਿਹੜੀ ਹੋਰ ਚੀਜ਼ ਤੁਹਾਨੂੰ ਮੈਂ ਦੱਸਦਾ, ਆਮ ਤੌਰ 'ਤੇ ਇਹ ਕਿਸੇ ਕੋਲ ਵੀ ਫੜੀ ਨਹੀਂ ਜਾਂਦੀ ਅਤੇ ਪਸ਼ੂ ਦੀ ਲਾਸਟ ਦੇ ਵਿੱਚ ਡੈਥ ਹੋ ਜਾਂਦੀ ਹੈ। ਇੱਕ ਚੀਜ਼ ਜਿਹੜੀ ਮੇਨ ਇਹਦਾ ਸਿਮਟਮਸ ਹੈਗਾ ਉਹ ਹੈਗਾ ਕਿ ਜਦੋਂ ਪਸ਼ੂ ਦੀ ਹਾਲਤ ਬਹੁਤ ਹੀ ਖਰਾਬ ਹੋਣ ਲੱਗ ਜਾਂਦੀ ਹੈ ਅਤੇ ਪਸ਼ੂ ਦਾ ਟੈਂਪਰੇਚਰ ਡਾਊਨ ਜਾਣਾ ਸ਼ੁਰੂ ਹੋ ਜਾਂਦਾ, ਉਹਦਾ ਸਰੀਰ ਠੰਡਾ ਪੈਣਾ ਸ਼ੁਰੂ ਹੋ ਜਾਂਦਾ, ਬੁਖਾਰ ਜਿਹੜਾ ਹੈਗਾ ਉਹਨੂੰ ਚੜ੍ਹਨਾ ਬੰਦ ਹੋ ਜਾਂਦਾ, ਉਹਦੇ ਸਰੀਰ ਦਾ ਦਿਨ ਬਾ ਦਿਨ ਟੈਂਪਰੇਚਰ ਥੱਲੇ ਹੀ ਜਾਂਦਾ ਜਾਵੇਗਾ। ਇਹ ਵੀ ਇਹਦਾ ਇੱਕ ਮੇਨ ਸਿਮਟਮਸ ਹੈਗਾ ਜਿਹੜੇ ਸਰਰਾ ਦੇ ਪਸ਼ੂਆਂ ਦੇ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲਦਾ। ਅਤੇ ਜੇ ਪਹਿਲਾਂ ਬੁਖਾਰ ਰਹਿੰਦਾ ਸੀ ਹੁਣ ਟੈਂਪਰੇਚਰ ਡਾਊਨ ਜਾਣਾ ਸ਼ੁਰੂ ਹੋ ਗਿਆ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਪਸ਼ੂ ਦਾ ਬਚਣਾ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਇਹਦੀ ਟ੍ਰੀਟਮੈਂਟ ਜੇ ਤੁਸੀਂ ਸਹੀ ਸਮੇਂ 'ਤੇ ਇਹਨੂੰ ਫੜ ਲਓਗੇ ਤਾਂ ਬੜੀ ਹੀ ਸਹੀ ਟ੍ਰੀਟਮੈਂਟ ਇਹਦੀ ਹੋ ਜਾਂਦੀ ਹੈ, ਨਹੀਂ ਤਾਂ ਫਿਰ ਪਸ਼ੂ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸਾਂਝਾ ਜ਼ਰੂਰ ਕਰੋਗੇ ਤਾਂ ਕਿ ਇਹਨਾਂ ਟਾਈਮ ਦੇ ਵਿੱਚ ਇਹ ਵਾਲੀ ਬਿਮਾਰੀ ਦੀ ਰੋਕਥਾਮ ਜਿਹੜੇ ਹੈਗੇ ਉਹ ਕਿਸਾਨ ਵੀਰ ਆਪਣੇ ਆਪ ਕਰ ਸਕਣ। ਆਪਾਂ ਮਿਲਾਂਗੇ ਕੱਲ੍ਹ ਨੂੰ ਇੱਕ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।